ਤੁਸੀਂ ਫਿਰ ਦੁਬਾਰਾ ਕਿੰਨੇ ਟਾਈਮ ਬਾਅਦ ਮਿਲਿਆ ਆਪਾਂ? ਸਬਜ਼ੀ ਆਉਂਦੀ ਹੈ ਬਣਾਉਣੀ ਕਿ ਨਹੀਂ ਆਉਂਦੀ? ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਆਪਣੇ ਨਵੇਂ ਚੈਨਲ ਲਵ ਨਿਮਰ ਮਸਾਉਣ ਦੇ ਉੱਤੇ। ਤੇ ਮਤਲਬ ਨਾਸਤਾ ਪਾਣੀ ਕਰਨਾ ਹਜੇ ਬਾਕੀ ਹੈ। ਤੇ ਕੱਲ ਦਾ ਜੋ ਵਲੌਗ ਸੀਗਾ ਉਹਨੂੰ ਵੀ ਤੁਸੀਂ ਬਹੁਤ ਸੋਹਣਾ ਪਿਆਰ ਦਿੱਤਾ। ਐਂ ਬਸ ਐਂ ਪਿਆਰ ਕਰਦੇ ਰਿਹਾ ਕਰੋ, ਬਹੁਤ ਕੋਈ ਦਿੱਕਤ ਨਹੀਂ ਹੈਗੀ। ਅਤੇ ਅੱਜ ਹੈਗੀ 25 ਤਰੀਕ ਹੈ ਨਾ, ਅੱਜ 25 ਤਰੀਕ ਹੈ ਅਤੇ ਕੱਲ੍ਹ ਨੂੰ ਹੈਗੀ 26 ਤਰੀਕ। 26 ਤਰੀਕ ਹੈਗੀ ਹੈ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ। ਅਤੇ ਅੱਜ ਆਪਾਂ ਵੱਲੋਂ ਕਰਾਂਗੇ ਕ੍ਰਿਸ਼ਨ ਸਿੰਘ ਰੈਡੀ, ਕ੍ਰਿਸ਼ਨਾ ਰੈਡੀ ਕਰਾਂਗੇ ਅੱਜ ਆਪਾਂ ਅਵਲ ਨੂੰ। ਅਤੇ ਬਹੁਤ ਸੋਹਣਾ ਰੈਡੀ ਕਰਾਂਗੇ। ਬਸ ਉਹ ਹਜੇ ਫਿਲਹਾਲ ਸੋ ਰਿਹਾ ਅਤੇ ਹਜੇ ਨਹਾਤਾ ਵੀ ਨਹੀਂ ਹੈਗਾ, ਅਤੇ ਨਹਾ ਲੂੰ ਕੇ ਬਸ ਉਸ ਤੋਂ ਬਾਅਦ ਜਦੋਂ ਫ੍ਰੀ ਹੋ ਗਿਆ ਫਿਰ ਆਪਾਂ ਨੂੰ ਕ੍ਰਿਸ਼ਨ ਰੈਡੀ ਕਰਾਂਗੇ। ਅਤੇ ਮੰਮਾ ਵੀ ਕੰਮ ਕਰੀ ਜਾਂਦੇ ਨੇ, ਮੰਮਾ ਇੱਧਰ ਕੰਮ ਲੱਗੇ ਹੋਏ ਨੇ, ਮੰਮਾ ਬ੍ਰੇਕਫਾਸਟ ਬਣਾ ਰਹੇ ਆ ਐਕਚੁਅਲ 'ਚ, ਰੈਡੀ ਤਾਵੇ ਕਰ ਰਹੇ ਆ। ਬਸ ਮੈਂ ਲੱਗਿਆ ਹੋਇਆ ਸੀ ਕੰਮ 'ਤੇ, ਮੈਂ ਲੈਪਟੋਪ ਵੀ ਕੋਲ ਹੀ ਆ ਹੁਣ ਮੇਰੇ ਕੋਲ, 24 ਘੰਟੇ ਬਸ ਕੰਮ ਹੀ, ਕਦੇ ਕਿੱਧਰ ਐਂ ਚੱਲਦਾ ਰਹਿੰਦਾ। ਅਤੇ ਮੰਮਾ ਕੰਮ ਕਰਕੇ ਜ਼ਿੰਦਗੀ ਹੈ, ਹੈ ਨਾ ਮੰਮੇ? ਕੰਮ ਕਰਕੇ ਜ਼ਿੰਦਗੀ ਹੁੰਦੀ ਹੈ। ਦੇਖੋ ਮੇਨ ਤਾਂ ਜੇ ਬੰਦਾ ਕੰਮ ਕਰੂਗਾ ਤਾਂ ਹੀ 2 ਪੈਸੇ ਆਉਣਗੇ, ਹੈ ਨਾ ਮਾਤਾ ਜੀ? ਜੇ ਆਪਾਂ ਕੰਮ ਕਰਾਂਗੇ ਤਾਂ ਹੀ 2 ਪੈਸੇ ਆਉਣਗੇ, ਸਹੀ ਹੈ ਨਾ? ਹੈ ਨਾ। ਅਤੇ ਬਸ ਐਂ ਹੈ ਵੀ ਕੰਮ ਲੱਗੇ। ਮੰਮੀ ਨਾਸਤਾ ਹੋ ਗਿਆ ਰੈਡੀ? ਨਾਸਤਾ ਰੈਡੀ ਕਰ ਲਿਆ। ਇਹ ਪਿੱਛੇ ਨਾ ਉਹ ਲੱਗਿਆ ਹੋਇਆ ਸੀਗਾ, ਆਹ ਟਮਾਟਰ ਬੜੇ ਮਜ਼ੇਦਾਰ, ਆਹ ਟਮਾਟਰ ਬੜੇ ਮਜ਼ੇਦਾਰ, ਕਿਉਂਕਿ ਇਹ ਸਾਡਾ ਅਵਲ ਦੇਖਦਾ ਹੁੰਦਾ। ਹੁਣ ਉਹ ਸੋ ਗਿਆ ਫਿਲਹਾਲ, ਤੇ ਫਿਲਹਾਲ ਅਜੇ ਸੁੱਤਾ ਗਿਆ। ਥੋੜੀ ਬਾਲਦਾ 1 ਮਿੰਟ ਚ ਆਇਆ ਹੰਝੂ ਅੱਡੇ ਤੇ ਆ ਰਹੀ, ਪਤਾ ਨਹੀਂ ਕੀ ਹੋ ਗਿਆ। ਐ ਦੇਖਦਾ ਐ ਚੰਦਨ ਬਸ ਸੋਹਣਾ ਬਣਾਵਾ ਜਿਹਨੂੰ ਪੂਰਾ ਕ੍ਰਿਸ਼ਨ ਇਹਦੀਆਂ ਸੋਹਣੀਆਂ ਸੋਹਣੀਆਂ 4-5 ਫੋਟੋ ਖਿੱਚ ਕੇ ਅੱਜ ਪਾਈ ਹੈ, ਅੱਜ ਪੂਰੀ ਤੱਕ ਪਾਈ ਹੈ। 4-5 ਉਹ ਲੈ ਕੇ ਆ ਰਹੇ ਨੇ, ਕਿੰਨੇ ਹੋਣਗੇ ਗੋਪੀਆਂ, ਗੋਪੀਆਂ ਦਾ ਕਿੱਥੋਂ ਆਉਣਗੀਆਂ ਵਿਚਾਰੀਆਂ, ਆਪਾਂ ਤਾਂ ਠੀਕ ਹਾਂ, ਆਪਾਂ ਤਾਂ ਕਾਲੇ ਹਾਂ ਕ੍ਰਿਸ਼ਨ, ਆਪਣਾ ਕਾਲਾ ਹੈ ਗੋਰਾ, ਆਪਣੀ ਤਾਂ ਰਾਧਾ ਗੋਰੀ ਹੈ। ਮੈਨੂੰ ਕੁੜੀਆਂ ਕਹਿਣ, ਚਲ ਅਵਲ ਹੁਣ ਅਵਲ ਨੂੰ ਹੋ ਜਾਂਦਾ ਰੈਡੀ, ਅਤੇ ਆਪਾਂ ਤੁਹਾਨੂੰ 10 ਮਿੰਟ ਤੱਕ ਬਸ 15 ਮਿੰਟ ਤੱਕ ਜਦੋਂ ਇਹਦਾ ਮੇਕਅਪ ਕਰਾਂਗੇ ਨਾ ਤੁਹਾਨੂੰ ਉਹ ਦਿਖਾਵਾਂਗੇ। ਇਹਨੇ ਮੈਂ ਨਾਸਤਾ ਨੁਸਤਾ ਕਰਕੇ ਫਰੀ ਹੋਇਆ, ਸਵੇਰ ਦੀ ਚਾਹ 1 ਵਾਰ ਪੀਤੀ ਆ, ਬਸ ਦੁਬਾਰਾ ਵੀ ਚਾਹ ਪੀ ਲਈ ਅਤੇ ਬਸ ਥੋੜ੍ਹਾ ਕੰਮ ਕਰ ਲਈਏ। ਕੰਮ ਲੈਪਟੋਪ ਕੋਲ ਹੀ ਰਹਿੰਦਾ 24 ਘੰਟੇ ਹੁਣ ਤਾਂ ਬਈ, ਹੁਣ ਤਾਂ ਲੈਪਟੋਪ ਕੋਲ ਹੀ ਰਹਿੰਦਾ। ਚੱਲ ਪਾ ਲੈਪਟੋਪ ਕੋਲ ਹੀ ਆ, ਹੁਣ ਤਾਂ ਹੁਣ ਤਾਂ ਕੰਮ ਨਾਲ ਦੀ ਨਾਲ ਹੀ ਚੱਲਦਾ ਰਹਿੰਦਾ। ਚਲੋ ਮੈਂ ਤੁਹਾਨੂੰ ਮਿਲਦਾ ਨਾਸ਼ਤਾ ਨੂਸ਼ਤਾ ਕਰਕੇ, 5-10 ਮਿੰਟ ਮੈਨੂੰ ਦਿਓ ਅਤੇ ਆਪਾਂ ਤੁਹਾਨੂੰ ਮਿਲਦੇ ਹਾਂ 5-10 ਮਿੰਟ ਤੱਕ।
ਨਾ ਮੈਂ ਤਾਂ ਖਾ ਲਿਆ ਮੰਮੀ, ਮੇਰੇ ਤਾਂ ਨਹੀਂ ਹੋਰ ਖਾਧਾ ਜਾਣਾ, ਮੈਂ ਨਹੀਂ ਖਾਣਾ ਹੋਰ, ਮੇਰਾ ਤਾਂ ਮਨ ਨਹੀਂ ਹੈਗਾ। ਹਾਏ ਕਰੋ ਸਾਰਿਆਂ ਨੂੰ, ਹਾਏ ਕਰ ਦਿਓ, ਹਾਏ ਕਰ ਦਿਓ, ਕਰ ਚੁੱਕ ਕਰ ਦਿਓ। ਇਹ ਨਹੀਂ ਮੰਨਦਾ ਹੈਗਾ। ਆਹ ਨੈੱਟਫਲਿਕਸ ਕਿਹਨੇ ਲਾਇਆ? ਕੇਰੀ ਨੂੰ। ਤੁਸੀਂ ਲਾਇਆ ਨੈੱਟਫਲਿਕਸ? ਤੂੰ ਤਾਂ ਬਹੁਤ ਦੇਖ ਰਿਹਾ ਸੀਗਾ ਜੰਗਲ ਟੂਨ ਸਾਰੇ। ਲਓ ਵੀ ਅੱਜ ਅਸੀਂ ਅਵਨ ਨੂੰ ਜਨਮ ਅੱਜ ਬਣਾ ਨਹੀਂ ਰਹੇ ਕ੍ਰਿਸ਼ਨ, ਕਿਉਂਕਿ ਮੇਰਾ ਹੈਗਾ ਵੀ ਮਨ ਵੀ ਮੈਂ ਜਨਮ ਅਸ਼ਟਮੀ ਵਾਲੇ ਦਿਨ ਹੀ ਮੈਂ ਕ੍ਰਿਸ਼ਨ ਤਿਆਰ ਕਰਾਂ ਆਪਣੇ ਪੋਤੇ ਨੂੰ, ਮਤਲਬ ਕੱਲ ਨੂੰ। ਹਾਂਜੀ ਕੱਲ ਨੂੰ ਬਣਾਵਾਂਗੇ ਆਪਾਂ, ਅੱਜ ਨਹੀਂ ਤਿਆਰ ਕਰਦੇ, ਅੱਜ ਨਹੀਂ ਤਿਆਰ ਕਰਦੀ ਮੈਂ ਇਹਨੂੰ। ਅੱਛਾ ਫਿਰ ਮੈਂ ਤਾਂ ਸਾਰਿਆਂ ਨੂੰ ਕਹੀ ਜਾਂਦਾ ਸੀ ਵੀ ਆਪਾਂ ਨੂੰ ਅਵਨ ਨੂੰ ਤਿਆਰ ਕਰਾਵਾਂਗੇ। ਮੰਮੀ ਨੇ ਖਬਰ ਸੁਣਾਈ ਹੈ ਜਿਹੜੀ, ਉਹਦੇ ਤੇ ਗੌਰ ਜ਼ਰੂਰ ਕਰਿਓ। ਕੀ ਵੀ ਅਸੀਂ ਅੱਜ ਨਹੀਂ ਬਣਾ ਸਕਦੇ ਅਸੀਂ ਕ੍ਰਿਸ਼ਨ ਨੂੰ, ਵੀ ਮੰਦਰ ਤੇ ਵੀ ਮੈਂ ਹੱਥ ਲਾ ਦਾਂ। ਤੁਸੀਂ ਕੀ ਦੇਖਦੇ ਹੋ? ਤੁਸੀਂ ਕੀ ਦੇਖਦੇ ਹੋ? ਟੇਡੇ ਹੋ ਗਏ। ਨਿਊਜ਼ ਅਪਡੇਟ ਹੈ। ਹਾਂ ਟੂਡੀ ਟੇਡੇ ਹੋ ਗਏ ਕੀ ਦੇਖਦੇ ਹੋ? ਇਹ ਖਬਰ ਆਈ ਹੈ ਤਾਜ਼ੀ ਤਾਜ਼ੀ, ਤਾਜ਼ਾ ਖਬਰ ਆਈ ਹੈ। ਅੱਜ ਨਹੀਂ ਬਣਾ ਰਹੇ, ਕੱਲ ਨੂੰ ਬਣਾਵਾਂਗੇ। ਹਾਂ ਕੱਲ ਬਣਾਵਾਂਗੇ ਪੱਕਾ, ਫਿਰ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਵਾਂਗੇ ਅਵਲ ਦੀ ਜਨਮ ਅਸ਼ਟਮੀ ਦੇ ਕ੍ਰਿਸ਼ਨ ਬਣੇ ਆ। ਚਲ ਕੱਲ ਸਤਨਾਮ ਸਤਨਾਮ ਅਵਲ, ਇੱਧਰ ਦੇਖਿਓ ਵਾਹਿਗੁਰੂ ਸਤਨਾਮ। ਇਹਦਾ ਦਸੀ ਤੈਨੂੰ ਨੀਂਦ ਹੀ ਨਹੀਂ ਆਈ ਅੱਜ? ਤੈਨੂੰ ਨੀਂਦ ਗੋਚੂ? ਇੱਥੇ ਵੱਡੇ ਵੱਡੇ ਨੂੰ ਨੀਂਦ ਹੀ ਆਉਂਦੀ ਆ। ਤੇਰੇ ਨੀਂਦ ਹੀ ਨਹੀਂ ਗੋਚੂ? ਨੀਂਦ ਹੀ ਨਹੀਂ ਤੈਨੂੰ? ਨੀਂਦ ਹੀ ਨਹੀਂ, ਨੀਂਦ ਹੀ ਨਹੀਂ ਤੈਨੂੰ? ਕਦੋਂ ਸੋਏਗਾ? ਮੇਰੇ ਜੋ ਮੇਰਾ ਟਾਈਮ ਹੋਊਗਾ ਮੈਂ ਤਾਂ ਕਿਹਾ ਵੀ ਬਦਾਮ ਖਾ ਲਈਏ। ਚਾਰ ਕਾ ਚਾਰ ਹੀ ਰੱਖਿਆ, ਦੇਖਿਓ ਕਿਹਨੇ ਰੱਖਿਆ ਗਿਣ ਕੇ ਮੇਰੇ ਵਾਸਤੇ ਚਾਰ ਬਦਾਮ। ਅੱਜ ਪਹਿਲੀ ਵਾਰ ਮੈਂ ਤਾਂ ਕੋਈ ਕੰਮ ਕਰਦੇ ਦੇਖਿਆ ਵੇਲਣਾ, ਅੱਜ ਮੈਂ ਨੀ ਮੇਰਾ ਬੋਲੂ ਵੇਲਣਾ। ਅੱਗੇ ਗਿਆ ਸਬਜ਼ੀ ਕੀ ਬਣ ਰਹੀ ਹੈ? ਮੈਂ ਤੈਨੂੰ ਇੱਕ ਚੀਜ਼ ਦੱਸਦੀ ਹਾਂ ਸਾਰਿਆਂ ਨੂੰ। ਨਿਮਲ ਹੋਰੀ ਨਾ ਪਹਿਲਾਂ ਨਾ ਰਿਫਾਇਨ ਤੇ ਸਬਜ਼ੀ ਬਣਾਉਂਦੇ ਹੁੰਦੇ ਸੀਗੇ। ਹਾਂ ਤੇ ਮੈਨੂੰ ਰਿਫਾਇਨ ਤੋਂ ਰਿਫਾਇਨ ਖਾਣਾ ਇੰਨੀ ਨਫ਼ਰਤ ਸੀ ਨਾ, ਮੈਨੂੰ ਘਬਰਾਹਟ ਚੜ੍ਹਦੀ ਸੀ ਰਿਫਾਇਨ ਤੋਂ। ਹਾਂ ਫਿਰ ਮੈਂ ਹੌਲੀ ਹੌਲੀ ਆਪਦੇ ਰੂਪ ਚ ਢਲ ਗਿਆ ਸਾਰਿਆਂ ਨੂੰ। ਅੱਛਾ ਆਪਦੇ ਢੰਗ ਚ ਵਾਜੀ ਵਾ। ਮੈਂ ਫਿਰ ਸਾਰਿਆਂ ਨੂੰ ਤੇਲ ਨਾਲ ਸਬਜ਼ੀ ਖਾਣੀ ਸਿਖਾਈ ਕਿ ਜੋ ਚੀਜ਼ ਬਣੂਗੀ ਤੇਲ ਚ ਬਣੂਗੀ, ਰਿਫਾਇਨ ਚ ਕੁਛ ਨਹੀਂ ਬਣੂਗਾ। ਫਿਰ ਸਭ ਨੇ ਸਰੋਂ ਦਾ ਆਇਲ ਇਸਤੇਮਾਲ ਕੀਤਾ, ਇਹ ਨਾ ਸਮਝੇ ਮੈਂ ਸਰੋਂ ਦੇ ਆਇਲ ਦੀ ਐਡ ਕਰ ਰਹੀ ਹਾਂ, ਇਹ ਤਾਂ ਕੋਈ ਨਾਮ ਨਹੀਂ ਲਿਖਿਆ ਹੈਗਾ। ਸਬਜ਼ੀ ਆਂਦੀ ਹੈ ਬਣਾਉਣੀ ਕਿ ਨਹੀਂ ਆਂਦੀ? ਆਉਂਦੀ ਹੈ, ਮੈਂ ਜਦੋਂ ਪਹਿਲੇ ਬਣਾਈ ਸੀ ਮੈਂ ਆਪਦੇ ਢੰਗ ਨਾਲ ਬਣਾਈ ਸੀ, ਫਿਰ ਮੇਰੀ ਮੰਮੀ ਨੇ ਸਿਖਾਈ, ਮੰਮੀ ਕਹਿੰਦੀ ਐਵੇਂ ਨਹੀਂ ਬਣਾਉਣੀ ਜਿਵੇਂ ਪਦਮਪੁਰ ਬਣਾਉਣੇ ਹੋ, ਇਹ ਬਣਾਉਣੀ ਹੈ ਸਾਡੇ ਢੰਗ ਨਾਲ ਜਿਵੇਂ ਸਾਡੇ ਖਾਂਦੇ ਨੇ, ਫਿਰ ਮੈਂ ਉਦਾਂ ਹੀ ਸਿੱਖੀ। ਅੱਛਾ ਕਿਵੇਂ ਸਿੱਖੀ ਫਿਰ? ਫਿਰ ਮੈਂ ਸਿੱਖੀ ਕਿ ਪਹਿਲਾਂ ਤਰੀ ਨੂੰ ਕੱਢਣੀ ਹੈ ਵਿੱਚੋਂ ਤੇਲ ਚ, ਜਦੋਂ ਚੋਣ ਲੱਗ ਜਾਂਦਾ ਹੈ ਮਸਾਲੇ ਚੋਂ ਉਦੋਂ ਸਬਜ਼ੀ ਪਾਣੀ ਹੈ ਵਿੱਚ, ਭੁੰਨ ਕੇ ਸਮਾਰ ਕੇ, ਜਿਵੇਂ ਹੁਣ ਪਦਮਪੁਰ ਬਣਾਉਂਦੇ ਸੀ ਮੇਰੀ ਮੰਮੀ ਲਸਣ ਅਦਰਕ ਤਾਂ ਬਹੁਤ ਹੀ ਨਹੀਂ ਸੀਗੀ, ਇਕੱਲੇ ਪਿਆਜ਼ ਬਣਾ ਦਿੰਦੇ। ਆ ਕੀ ਹੈ? ਪਕੌੜੇ? ਹਾਂ ਪਕੌੜੇ ਬਣਾਉਣ ਲੱਗਿਆ। ਖੋਲੋ ਪਕੌੜੇ। ਉਹ ਤਾਂ ਲੈ ਕੇ ਮੈਨੂੰ ਕਹਿ ਦਿੰਦੀ ਮੈਂ ਕੱਢ ਕੇ ਬਣਾ ਦਿੰਦੀ। ਹਾਂ
ਹੁਣ ਮੈਂ ਨਹੀਂ ਮੇਰਾ ਬੋਲੂ ਵੇਲਣਾ ਕਿੱਥੇ ਚਲ ਕਿੱਥੇ ਜਾਣਾ ਮੇਰਾ ਰਾਤ ਨੂੰ 2 ਤੋਂ ਲੈ ਕੇ 3 ਘੰਟੇ ਨਹੀਂ 9 ਵਜੇ ਲੈ ਕੇ 11 ਵਜੇ ਤੱਕ ਕਿੱਥੇ ਮਿਲਣਾ ਕਦੇ ਝੂਠ ਸਖਤ ਤੋਂ ਸਖਤ ਝੂਠ ਤੇ ਝੂਠ ਤੋਂ ਮੈਨੂੰ ਸਖਤ ਨਾ ਉਤਰਦਾ ਹਾਂ ਇਹ ਤਾਂ ਗੱਲ ਸੱਚੀ ਹੈ ਇਹ ਤਾਂ ਗੱਲ ਜਮਾ ਹੀ ਸੱਚੀ ਅਸੀਂ ਇਹ ਲਾਤੀ ਚਲੋ ਹੁਣ ਸਬਜ਼ੀ ਬਣਾਈਏ ਪਹਿਲਾਂ ਆਪਾਂ ਪਾਵਾਂਗੇ ਜੀਰਾ ਤੇਲ ਭੁੰਨ ਚੁੱਕਿਆ ਕਿਉਂ ਸਬਜ਼ੀ ਬਣਾਉਣੀ ਆਉਂਦੀ ਨਹੀਂ ਸੀ ਸਬਜ਼ੀ ਸਿਖਾ ਰਹੇ ਹੋ ਅੱਜ ਕਿਸੇ ਨੂੰ ਨਹੀਂ ਉਹ ਸਾਰੇ ਕੁਕਿੰਗ ਆਪਣੀ ਰੈਸਿਪੀ ਦਿੰਦੇ ਹੁੰਦੇ ਨਾ ਮੈਂ ਅੱਜ ਤੱਕ ਕਿਸੇ ਨੂੰ ਕੁਕਿੰਗ ਦਾ ਉਹ ਦਿੱਤਾ ਨਹੀਂ ਐਕਸਪੀਰੀਅੰਸ ਚਾਹੇ ਮੈਨੂੰ ਬਹੁਤ ਨਵੀਆਂ ਨਵੀਆਂ ਚੀਜ਼ਾਂ ਬਣਾਉਣੀ ਆਉਂਦੀਆਂ ਕਿਉਂਕਿ ਮੈਂ ਇਹ ਸਮਝਦੀ ਹਾਂ YouTube ਤੇ ਬਹੁਤ ਸਾਰੇ ਨੇ ਸਿਖਾ ਸਕਦੇ ਆ ਕੁਛ ਵੀ ਤੁਸੀਂ ਕਿਤੋਂ ਵੀ ਸਿੱਖ ਸਕਦੇ ਹੋ ਵੀ ਜ਼ਰੂਰੀ ਨਹੀਂ ਮੇਰੀ ਟ੍ਰੇਨਿੰਗ ਲਓ ਪਰ ਇਹ ਨਹੀਂ ਸਿਖਾਉਗੀ ਪਰ ਮੈਂ ਟ੍ਰੇਨਿੰਗ ਨਹੀਂ ਦਊਂਗੀ ਕਿਉਂਕਿ ਉਹ ਗੱਲ ਐਵੇਂ ਹੈ ਕਿ ਮਤਲਬ ਤੁਸੀਂ ਆਪ ਵੀ ਬਹੁਤ ਐਕਸਪਰਟ ਹੋ ਆਏ ਤਾਂ ਕਿ ਮੇਰੇ ਕਿਉਂਕਿ ਅਸੀਂ ਨਹੀਂ ਸਿਖਾਵਾਂਗੇ ਤੇ ਨਾਲ ਲਵੀ ਨੂੰ ਆਂਦਾ ਤੇ ਨਾਲ ਲਵੀ ਸਿਖਾਵੇ ਹਾਂ ਰੈਂਡੋ ਰੈਂਡੋ ਕਿਉਂ ਮੈਂ ਤੈਨੂੰ ਪਾਸਤਾ ਨਹੀਂ ਬਣਾ ਕੇ ਖਵਾਉਂਦੀ ਸੀ ਉਹ ਤਾਂ ਆਂਦਾ ਹੀ ਹੈ ਜੀਰਾ ਬਾਤ ਜੀਰਾ ਬਾਤ ਅੱਛਾ ਇਡਲੀ ਨਹੀਂ ਬਣਾ ਕੇ ਖਵਾਈ ਤੁਹਾਨੂੰ ਉਹ ਢੋਕਲਾ ਨਹੀਂ ਬਣਾ ਕੇ ਖਵਾਇਆ ਤੁਹਾਨੂੰ ਹਾਂ ਢੋਕਲਾ ਤਾਂ ਬਹੁਤ ਟੇਸਟੀ ਬਣਾ ਸੀ ਲੱਭੂ ਯਾਰ ਮਜ਼ਾ ਲੈਂਦਾ ਸੀ ਢੋਕਲੇ ਵੇ ਤੇ ਬਣਾਉਣੀ ਹੈ ਆਪਦੀ ਮਰਜ਼ੀ ਨਾਲ ਬਣਾਉਣੀ ਹੈ ਤੇ ਮੈਂ ਫਿਰ ਦੱਸਦੀ ਨਹੀਂ ਹੁੰਦੀ ਕਿਸੇ ਨੂੰ ਮੈਂ ਜੀ ਚੀਜ਼ ਬਣਾਈ ਢੋਕਲਾ ਤਾਂ ਮਜ਼ਾ ਆ ਗਿਆ ਸੀ ਢੋਕਲਾ ਖਾ ਕੇ ਤਾਂ ਸੱਚੀ ਕਹਿਣਾ ਇਹ ਤਾਂ ਗੱਲ ਹੈਗੀ ਆ ਗੈਸ ਬੰਦ ਕਰਨਾ ਇਸ ਤੋਂ ਪਹਿਲਾਂ ਕਿ ਸਾਰਾ ਕੁਝ ਆਈ ਸੜਕੇ ਮੂਹਰੇ ਆ ਗਿਆ ਇਹ ਬੋਧੀ ਦੇਖੋ ਇਹਨਾਂ ਦੀ ਕਿੱਥੇ ਜਾਈ ਜਾਂਦੀ ਹੈ ਜੂੜਾ ਦੇਖੋ ਮੰਮੀ ਕਿੱਥੇ ਜਾਈ ਜਾਂਦਾ ਬਸ ਇਹੀ ਤਾਂ ਤਰੀਕਾ ਹੈ ਤੁਹਾਡਾ ਕੰਮ ਕਰੀ ਜਾਂਦੇ ਆ ਬਹੁਤ ਬਿਜ਼ੀ ਬੰਦੇ ਨੇ ਇਹ ਬਹੁਤ ਹੀ ਜ਼ਿਆਦਾ ਪੁੱਛੋ ਹੀ ਨਾ ਖੀਰੇ ਖਾਣ ਚ ਬਿਜ਼ੀ ਮਿੰਟਾਂ ਚ ਰੋਕੀ ਉਹ ਤਾਂ ਡੱਡੂ ਬਣ ਬਣ ਕੇ ਕਲੱਚਰ ਨਾਲ ਲਈ ਫਿਰਦਾ ਨਿਕਲਦੇ ਆਪਦੀ ਦੇ ਲਟਕਾ ਕੇ ਤੁਰਿਆ ਫਿਰਦਾ ਬੈੱਡ ਤੇ ਸਾਰੇ ਛੱਡਦੇ ਇਹਨੂੰ ਹੈਲੋ ਛੱਡਦੇ ਹੋ ਨਾ ਛੱਡੋ ਹੁਣੇ ਬਚ ਵੀ ਕਰਜਿਆ ਕਰੋ ਬਈ ਰੋਟੀ ਖਾਓ ਜੀ ਕਹਿੰਦੇ ਬੜੀ ਸਵਾਦ ਰੋਟੀ ਆਈ ਹੈ ਵਿੱਚ ਬਣਾਈ ਹੈ ਸਬਜ਼ੀ ਅੱਜ ਅਸੀਂ ਤੇ ਆਲੂ ਤੇ ਪਕੌੜੇ ਤੇ ਸ਼ਗਨ ਦੀ ਤਿਆਰੀ ਕੀਤੀ ਜਾਵੇ ਨਿਮਲ ਜੀ ਆ ਜਾਓ ਜੀ ਫਿਰ ਖਾਓ ਬਟ ਰੋਟੀ ਫਰੋੜੇ ਡੋਲ ਦੇ ਜਿੰਨੀ ਟੈਨਸ਼ਨ 'ਚ ਮੇਰਾ ਘਰ ਰਹਿੰਦਾ ਉਹਨਾਂ ਕੋਈ ਵੀ ਨਹੀਂ ਰਹਿੰਦਾ ਹੁਣ ਮਿਲਣਾ ਤਾਂ ਚਲੋ ਖਾਈਏ ਜੀ ਅੱਛਾ ਖਾਣਾ ਖਾਈਏ ਚਲੋ ਖੀਰੇ ਦੇਖਾਂ ਦਾ ਦੇਖੀ ਕਿਵੇਂ ਇਹਦਾ ਕੀ ਸਟਾਈਲ ਕੀ ਹੈ ਇਹਦਾ ਮੁੱਦਾ ਸੌਣ ਲੱਗਾ ਅੱਜ ਕੱਲ ਨਵੇਂ ਤਰੀਕੇ ਅਪਣਾਉਣ ਲੱਗ ਗਿਆ ਇਹ ਬੰਦਾ ਕੱਢੇ ਨੂੰ ਕੱਢ ਦੂਗਾ ਬੋੜਾ ਤਾਂ ਹੈਗਾ ਬੋਰੇ ਕੱਢ ਕੀਰਾ ਕੱਢ ਸੀ ਕੀਰਾ ਛਪ ਗਿਆ ਚਲੋ ਆਓ ਰੋਟੀ ਖਾਓ ਆ ਤਾਂ ਨੀ ਸਰੋਂ ਦੇ ਤੇਲ ਚ ਤਲਣ ਲੱਗੇ ਪਾਪੜਾ ਨਾ ਕਿਹੜੇ ਵਾਲੇ ਆ ਲੈ ਇਹ ਤਾਂ ਵਧੀਆ ਨਹੀਂ ਲੱਗ ਰਹੇ ਯਾਰ ਯਾਰ ਵਧੀਆ ਜੀ ਖਾਣ ਵਾਲੇ ਤਾਂ ਇਹ ਨੇ ਉਹ ਨਾ ਪਤਾ ਕੀ ਤਵੇ ਤੇ ਜਦੋਂ ਪਾਪੜ ਤੇਲ ਚ ਤਲੇ ਹੋਏ ਹੁੰਦੇ ਆ ਪਰ ਇਹ ਹੁੰਦੇ ਨਾ ਬੈਂਚਾਂ ਤੇ ਤੇਲ ਤੇ ਤਲ ਕੇ ਰੱਖੇ ਹੁੰਦੇ ਆ ਪਾਪੜ ਵੀ ਬੜੇ ਅੱਡੋ ਅੱਡੀ ਦਾ ਹੋਊਗਾ ਇਹ ਮੋਟਾ ਪਾਪੜ ਆ ਉਹ ਪਤਲਾ ਪਾਪੜ ਹੁੰਦਾ ਅਵਲ ਗੱਲ ਸੁਣਿਆ ਅਵਲ ਨੀ ਪੱਤ ਵਸਾ ਲਿਆ ਪਾਪੜ ਤਾਂ ਐ ਕਰੀ ਜਾਵੇ
ਆਵਾ ਗੱਲ ਸੁਣਿਓ, ਗੱਲ ਸੁਣੋ ਡੈਡੀ ਦੀ, ਡੈਡੀ ਕੀ ਕਰਦੇ ਇੱਧਰ ਸੁਣੋ, ਗੱਲ ਤਾਂ ਸੁਣ ਲਓ, ਬ੍ਰੈਡ ਦਾ ਚੂਰਾ ਚੂਰਾ ਕਰੀ ਜਾਂਦਾ ਘਰ ਪੈ ਕੇ, ਆਵਲ ਗੱਲ ਤਾਂ ਸੁਣ ਲਓ, ਹੁਣ ਚਾਹ ਕੋਲ ਜਾਊਗਾ, ਚਾਹ ਕੋਲੇ ਅੱਜ ਕ੍ਰਿਸ਼ਨ ਤਾਂ ਬਣੇ ਨੀ, ਮੈਂ ਨਾ ਅਨਸ਼ੁੱਧ ਹੋਇਆ ਵਿਆ ਸੀ, ਮੈਂ ਕੱਲ ਨੂੰ ਕ੍ਰਿਸ਼ਨ ਬਣਾਵਾਂਗੇ ਅਸੀਂ, ਕੱਲ ਨੂੰ ਕ੍ਰਿਸ਼ਨ ਬਣੇਗਾ ਨਾ ਪੱਕਾ, ਕੱਲ ਨੂੰ ਕ੍ਰਿਸ਼ਨ ਬਣਾਵਾਂਗੇ ਬਾਬੂ ਨੂੰ ਪੱਕਾ, ਠੀਕ ਹੈ ਪੁੱਤਰ, ਮੈਨੂੰ ਹੂੰ ਜਾ, ਬੜਾ ਸ਼ਰਾਰਤੀ ਹੈ ਬਈ, ਹੁਣ ਤਾਂ ਬਹੁਤ ਸ਼ਰਾਰਤੀ ਹੋਈ ਹੈ ਦਿਨੋਂ ਦਿਨ, ਬਹੁਤ ਹੀ ਜ਼ਿਆਦਾ, ਮੰਮੀ ਕਹਿੰਦੀ ਖਤਮ ਕਰ ਦੋ ਪਾਪੜ ਚਿੱਟੇ ਸੀ ਕੱਢਤੇ ਬਜਾਏ, ਮੰਮੀ ਨੇ ਅੱਜ ਸਰੋਂ ਦੇ ਤੇਲ ਚ, ਸਰੋਂ ਦੇ ਤੇਲ ਚ ਮੰਮੀ ਨੇ ਤਾਂ ਕੱਢਿਆ ਕਿਉਂਕਿ ਮੈਡਮ ਨੇ ਕਹੇ ਸੀਗੇ, ਕਹਿੰਦੇ ਸਰੋਂ ਦੇ ਤੇਲ ਚ ਕੱਢੋ, ਅੱਧੇ ਸਮਾਨ ਤਾਂ ਫਿਰ ਮੰਮੀ ਨੇ ਕਿਹਾ ਚਲੋ ਕਾਨੂੰ ਦੂਜਾ ਕਿਉਂ ਬਣਨਾ, ਸਰੋਂ ਦੇ ਆ ਵੀ ਸਰੋਂ ਦੇ ਤੇਲ ਚ ਹੀ ਚੱਕਦੇ, ਆ ਤਾਂ ਫੈਨ ਚ ਕੱਢਣੇ ਸੀ ਲਹੂ ਯਾਰ, ਵਾਈਟ ਵਾਲੇ, ਵਾਈਟ ਵਾਲੇ ਤਾਂ ਮੰਮਾ ਫੈਨ ਚ ਨਿਕਲਦੇ ਸੀ, ਕਰ ਦੇ, ਕਿਆ ਮੈਂ ਬਣਾਊਂਗਾ ਵਲੌਗ, ਮੈਂ ਬਣਾਊਂਗਾ, ਕਹਿ ਦੋ ਮੈਂ ਵਲੌਗ ਬਣਾਊਂਗਾ, ਕਹਿ ਦੋ ਕੰਟੀਨਿਊਸਲੀ ਫੋਟੋ ਦੇਖੀ ਨਾ, ਕੰਟੀਨਿਊਸਲੀ ਆਪਦੀ ਫੋਟੋ, ਕੰਟੀਨਿਊਸਲੀ ਆਪਦੀ ਫੋਟੋ ਦੇਖੀ ਆਉਂਦੇ ਹੋ, ਤੁਸੀਂ ਚਾਏ ਚਾਏ ਪੀ ਲਈ, ਤੁਸੀਂ ਚਾਏ ਪੀ ਲਈ, ਹਾਚੂ ਕਰ ਦੋ, ਹਾਕੂ ਕਰ ਦੋ, ਹਾਕੂ ਆਦਾ ਨੀ, ਲਓ ਜੀ ਆਪਾਂ ਕੱਢ ਲਈ ਗੱਡੀ, ਸਟਾਰਟ ਹੀ ਕੀਤੀ ਆ ਗੱਡੀ ਦਾ ਗਾਣੂ ਆ, ਬਸ ਲਵੀ ਆ ਰਹੀ ਇੱਧਰੋਂ, ਅਤੇ ਆਪਾਂ ਚੱਲੇ ਹਾਂ ਚਾਪ ਖਾਣ ਵਾਸਤੇ, ਲਵੀ ਕਿੰਨੇ ਹੀ ਦਿਨਾਂ ਦੀ ਕਹਿ ਰਹੀ ਸੀ ਮੈਨੂੰ ਵੀ ਮੈਨੇ ਚਾਪ ਖਾਣ ਜਾਣਾ, ਮੈਨੇ ਚਾਪ ਖਾਣ ਜਾਣਾ, ਚਾਪ ਖਾਣ ਜਾਣਾ, ਚਾਪ ਖਾਣ ਜਾਣਾ, ਅਤੇ ਆਪਾਂ ਚੱਲੇ ਹਾਂ ਚਾਪ ਖਾਣ, ਬਸ ਲਵੀ ਆ ਜੇ 5 ਮਿੰਟ ਤੱਕ ਹੁਣ, ਜਲਦੀ ਜਲਦੀ, ਰਾਤ ਨੂੰ ਤਾਂ ਸ਼ੀਸ਼ਾ ਡਾਊਨ ਹੀ ਕਰਦੇ ਕਰੀ ਆ, ਲੋੜ ਨਹੀਂ ਪੈਂਦੀ, ਅਤੇ ਬਸ ਆ ਜਾਣ ਦੋ ਫਿਰ, ਗਾਣਾ ਕਿਹੜਾ ਲਾਈਏ, ਅੱਛਾ ਗੁਰੂ ਕਿਰਪਾ ਚਾਪ ਆ ਗਿਆ, ਪਹਿਲਾਂ ਹੀ ਆ ਗਿਆ, ਐਡਵਾਂਸ 'ਚ ਹੀ ਆ ਗਿਆ, ਗੁਰੂ ਕਿਰਪਾ ਚਾਪ, ਇੱਥੋਂ ਜਾਵਾਂਗੇ ਆਪਾਂ, ਕੱਢਤਾ ਰਸਤਾ ਇਹਨੇ, ਪਹਿਲੀ ਡਿਊਟੀ ਮੁੰਡੇ ਦੇ ਡੈਪਰ ਪਈ ਜਾਂਦਾ ਗੱਡੀ ਦੇ ਵਿੱਚ, ਨਾ 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 ਨੀ ਤੰਨਾ, ਐ ਨੀ ਤੰਨਾ, ਐ ਨੀ ਤੰਨਾ, ਐ ਨੀ ਤੰਨਾ, ਐ ਨੀ ਤੰਨਾ, ਡੈਪਰ ਪਾਉਂਦਾ ਬੰਦਾ, ਚੰਡੀਗੜ੍ਹ ਹੋਵੇ ਤੇ ਜਾਮ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ, ਜਾਮ ਜਾਮ ਮਿੰਟ ਮਿੰਟ ਤੇ ਜਾਮ ਜਾਮ ਜਾਮ, ਹਾਏ ਉਹ ਯਾਰ ਤਾਂ ਸ਼ੀਸ਼ਾ ਵੀ ਨਹੀਂ ਸਾਫ਼, ਹੁਣ ਹੋਊਗਾ ਥੋੜ੍ਹਾ ਮੋਟਾ ਕਲੀਅਰ, ਲੈ ਆਈ ਬੱਤੀ ਹਟ ਗਈ, ਚਲੋ ਚੱਲੀਏ, ਹਰ ਵਾਰ ਦੀ ਤਰ੍ਹਾਂ ਪਹੁੰਚੇ ਗੁਰੂ ਕਿਰਪਾ ਚਾਪ, ਜਿੱਥੇ ਬਹੁਤ ਸਵਾਦ ਚਾਪ ਮਿਲਦਾ ਚੰਡੀਗੜ੍ਹ ਦੇ, ਤੇ ਉਹ ਇਹ ਕਿੰਨੇ ਕਿੰਨੇ ਦਿਨ ਹੋ ਗਏ ਲਵੂ, ਸਹੀ ਕਹਿੰਦੇ ਨੇ ਤੁਹਾਨੂੰ, ਦੁਬਾਰਾ ਕਿੰਨੇ ਟਾਈਮ ਬਾਅਦ ਮਿਲਿਆ,
ਸਾਲ ਹੋ ਗਿਆ ਆਪਾਂ ਨੂੰ ਹੋਰ ਸਾਲ ਅਗਸਤ ਚ ਆਏ ਸੀ ਮੈਨੂੰ ਲੱਗਦਾ ਪਿਛਲੇ ਸਾਲ ਵੀ ਬਾਅਦ ਇਹ ਸੀ ਆਪਣੇ ਕੋਲੇ ਹਾਂ ਉਹ ਤਾਂ ਹੈ ਸਾਲ ਪਹਿਲਾਂ ਆਏ ਸੀ ਸਹੀ ਆਪਾਂ ਬਾਈ ਜੀ ਕੋਲ ਸਾਲ ਬਾਅਦ ਮਿਲਿਆ ਅੱਜ ਫਿਰ ਸਾਲ ਬਾਅਦ ਪੂਰੀ ਟੇਬਲ ਤੇ ਚਲੋ ਥੈਂਕ ਯੂ ਤੁਸੀਂ ਆਏ ਦੁਬਾਰਾ ਨਾਲ ਆਉਣਾ ਹੀ ਆਪਾਂ ਤਾਂ ਅਸੀਂ ਨਾ ਬਹੁਤ ਟਾਈਮ ਦਾ ਪਲਾਨ ਬਣਾ ਰਹੇ ਸੀ ਆਉਣ ਦਾ ਸਾਡੇ ਕੋਲ ਬਸ ਇਸੇ ਆ ਗਏ ਤੁਸੀਂ ਆਏ ਹੋ ਨਾਲੇ ਨਇਆ ਮਹਿਮਾਨ ਆਇਆ ਹਾਂਜੀ ਹਾਂਜੀ ਠੀਕ ਹੈ ਨਾ ਚੁੱਪ ਹੋ ਜਾਵੇ ਜਦੋਂ ਗੁਰੂ ਕਿਰਪਾ ਚਾਪ ਦੁਆਰਾ ਚਾਪ ਆਈ ਹਰ ਵਾਰ ਦੀ ਤਰ੍ਹਾਂ ਕਿਆ ਬਾਤਾਂ ਚਾਪ ਦੀਆਂ ਨਜ਼ਾਰੇ ਨਾਲ ਆਈ ਆ ਕੋਕ ਆਪਣੇ ਕੋਲੇ ਚਿਲਡ ਘੱਟ ਹੈ ਚਿਲਡ ਫਿਰ ਕੀ ਹੈ ਪਹਿਲਾਂ ਆਹ ਖਾ ਕੇ ਪਹਿਲਾਂ ਮੈਂ ਆਹ ਖਾ ਕੇ ਦੇਖਦਾ ਭਾਈ ਹਰ ਵਾਰੀ ਚਾਰਾ ਚਾਹ ਫਿਰ ਉਵੇਂ ਕਾਇਮ ਆਈ ਹੈ ਪੂਰੀ ਤੁਸੀਂ ਵੀ ਉਵੇਂ ਆਏ ਹੋ ਨਹੀਂ ਸਾਡੇ ਨਾਲ ਇੱਕ ਜੀ ਵਾਧਾ ਇਹ ਵਾਧਾ ਹੈ ਸਾਡੇ ਨਾਲ ਇਹ ਤਾਂ ਇਹ ਸਾਡੇ ਨਾਲ ਵਾਧਾ ਹੈ ਬਾਕੀ ਅਸੀਂ ਤਾਂ ਆਉਣੇ ਰਹਿਣੇ ਤੁਹਾਡੇ ਕੋਲ ਤੰਗ ਕਰਦਾ ਪੂਰਾ ਤੁਹਾਡਾ ਜਵਾਕ ਆਨੰਦ ਪੂਰਾ ਮੋਜ ਹੈ ਉਹ ਵੀ ਪੂਰੀਆਂ ਮੋਜਾਂ ਕਰਦਾ ਲਵੂ ਪੱਗ ਕਿੰਨਾ ਸੋਹਣਾ ਲੱਗਦਾ ਨਾ ਸਰਦਾਰ ਬੰਦਾ ਯਾਰ ਦਿਖਾਓ ਬਹੁਤ ਸੋਹਣਾ ਲੱਗੇ ਖਰਚੇ ਦੇ ਖਰਚਾ ਤੇਲ ਦੀ ਟੈਂਕੀ ਹੋ ਗਈ ਫੁੱਲ ਫੁੱਲ ਤਾਂ ਨੀ ਹੋਈ ਨਾ ਅੱਧੀ ਹੋਈ ਆ ਉਹ ਮਿੱਤਰਾ ਓਏ ਤੇਲ ਹੀ ਘੱਟ ਪਵਾਇਆ 1600 ਦਾ ਹੀ ਪਵਾਇਆ ਯਾਰ ਅੱਧੀ ਟੈਂਕੀ ਹੋ ਗਈ ਬਹੁਤ ਹੈ ਪਿਛਲੇ ਟਰਚ ਹਵਾ ਬਹੁਤ ਘਟੀ ਪਈ ਹੈ ਘਟੀ ਕੋਈ ਆਉਂਦੀ ਹੈ ਨਾ ਨਾ 35 ਨੀ ਨੀਚੇ ਪੜ ਰਹੀ ਹੈ ਕਹਿੰਦੇ ਮੈਂ ਘਰੇ ਜਾ ਰਿਹਾ ਗੱਲਬਾਤ ਕਰਦਾ ਕਰੋ ਤਾਂ ਸਹੀ ਮੂੰਹ ਤਾਂ ਖੁੱਲਾ ਪਿਆ ਤੁਹਾਡਾ ਮੈਂ ਉਹ ਤਾਂ ਚੈੱਕ ਕਰਨਾ ਪੂਰੀ ਆ ਦੇਖੋ ਪੂਰੀ ਆ ਹਵਾ ਤਾਂ ਬਈਆ ਕਹਿੰਦਾ ਜਾਓ ਬਈਆ ਬਈਆ ਹੀ ਗਏ ਤੇ ਚਲੋ ਫਿਰ ਡਰਾਈਵ ਕਰੋ ਫਟਾਫਟ ਕੰਨ ਕਰ ਗੱਲ ਸੁਣ ਮੱਖਣਾ ਮਿਊਜ਼ਿਕ ਹੋਲਡ ਕੀਤੇ 2 ਮਿੰਟ ਵਾਸਤੇ ਕਿਉਂਕਿ ਸਾਡਾ ਕਾਪੀਰਾਈਟ ਆ ਜਾਂਦਾ ਹੈ ਯੇ ਚਲੋ ਯੇ ਮੇਰੀ ਗੱਲ ਸੁਣੋ
ਮੇਰੀ ਗੱਲ ਸੁਣ ਲੋ ਪਹਿਲਾਂ। ਹਾਂਜੀ ਹਾਂਜੀ, ਆਪਾਂ ਨੇ ਸਬਜ਼ੀ ਲੈਣੀ ਹੈ, ਫਰੂਟ ਲੈਣੇ ਹੈ, ਕਿਸੇ ਰੇੜੀ ਤੇ ਲੈ ਜਿਓ ਮੈਨੂੰ। ਆ ਦੇਖਿਆ ਲੜਕੇ ਹਟਿਆ ਮੈਨੂੰ, ਬਿਨਾਂ ਫਲੈਸ਼ ਤੂੰ ਸ਼ੂਟ ਕਰੀ ਜਾਂਦੀ ਹੈ, ਮੇਰੇ ਤੇ ਲੈਟ ਤਾਂ ਲਗਾ ਵੀ ਮੁੰਡਾ ਦਿਖੂਗਾ ਕਿਵੇਂ, ਵੀ ਮੁੰਡਾ ਡਰਾਈਵਿੰਗ ਕਰ ਰਿਹਾ, ਲੜਨ ਬਹਿ ਗਏ ਵੀ ਲੋਕਾਂ ਨੂੰ, ਵੀ ਸਾਡੀ ਫੈਮਿਲੀ ਨੂੰ ਪਤਾ ਕਿਵੇਂ ਲੱਗੂਗਾ ਸਾਰੀ ਨੂੰ, ਯੂਟਿਊਬ ਫੈਮਿਲੀ ਨੂੰ। ਚਲੋ ਬੰਦ ਕਰ ਦੋ, ਚਲਾਨ ਕੱਟਾ ਜਾਊ, ਕੈਮਰਾ ਥੱਲੇ ਕਰੋ। ਉਹ ਫਿਰ ਤੁਸੀਂ ਜਗਵਾਇਆ, ਤੁਸੀਂ ਕਿ ਸ਼ੂਟ ਕਰਦੇ ਹੋ, ਆਪਾਂ ਅੱਗੇ ਜਾ ਕੇ ਕਰਦੇ ਹਾਂ, ਬੰਦ ਕਰ ਦੋ ਕਿਰਾਂ, ਇੱਕ ਵਾਰੀ ਬੰਦ ਕਰੋ। ਚਲੋ ਚਲੋ ਗਾਈਜ਼, ਵੇਟ ਕਰੋ ਫਿਰ ਨਿਮਰ ਮਸੌਣ ਦੀ ਥੋੜਾ ਕਿ 2 ਮਿੰਟ ਖੜ ਜਾਓ ਤੁਸੀਂ, 2 ਮਿੰਟ ਚਲਾਨ ਚ ਨਾ ਖੜਾ ਲਈਏ, 32 ਫਲੈਸ਼ ਲਾ ਸਰਵਿਸ ਦੀ, ਨਾ ਮਾੜਾ ਜਿਹਾ 2 ਮਿੰਟ ਰੁਕੋ, 32 ਚ 32 ਸਰਵਿਸ ਦੀ ਨਹੀਂ ਆਪਾਂ, ਹਾਂ ਸਰਵਿਸ ਦੀ ਗੱਡੀ ਚ ਆਪਾਂ ਫਲੈਸ਼ ਲਾਈਟ ਲਾ ਨਹੀਂ ਸਕਦੇ, ਤੁਸੀਂ ਪਲੀਜ਼ ਬੰਦ ਕਰ ਦਿਓ। ਓਕੇ ਓਕੇ, ਡਨ ਵੇਟ, ਡਨ ਬੰਦ ਕਰ।